بسم الله الرحمن الرحيم. بسم الله الرحمن باك محمد صلى الله عليه وسلم انه فرمایا ਤੁਸੀਂ ਕਰ ਲੋ ਖਿਦਮਤ ਮਾਦੀ ਜਿਸਨੇ ਕਬਾਇਆ ਤੱਕਣਾ ਹੋਵੇ ਉਹ ਤੱਕ ਲਵੇ ਸੂਰਤ ਮਾਦੀ ਸੁਭਾਨ ਅੱਲਾਹ ਮੇਰੇ ਆਕਾ ਦਾ ਫਰਮਾਨ ਮੁਹੰਮਦ ਇੱਥੇ ਪਕੜੇ ਲੱਪੀ ਬੁੱਕੀ ਸਭ ਇਹ ਮਿੱਟੀ ਪਾਉਂਦੇ ਪੜਵੇ ਦਰੂਦ ਗਰਾਂ ਵਲ ਜਾਵਨ ਫੇਰ ਨਾ ਪਾਂਦੇ ਫੇਰਾ ਕੌੜੀ ਜੜ ਤੁਮੇਂ ਦੀ ਆਉਂਦੀ ਤੇ ਅਸਰਿਓਂ ਦਾ ਵਿੱਚ ਬੀਆਂ ਪਹਿਲਾ ਜਿਹੜਾ ਸਰਕਾਰ ਤੁਹਾਡਾ ਬਿਆਨ ਆਇਆ ਪਾਕ ਮੁਹੰਮਦ ਨੇ ਫਰਮਾਇਆ ਤੁਸੀਂ ਕਰ ਲਓ ਖਿਦਮਤ ਤੁਸੀਂ ਕਰ ਲਓ ਖਿਦਮਤ ਮਾਂ ਦੀ ਜਿਸਨੇ ਕਾਬਾ ਤੱਕਣਾ ਹੋਵੇ ਤੱਕ ਲਵੇ ਸੂਰਤ ਮੇਰੇ ਪਾਕ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਹਜ਼ੂਰ ਪਾਕ ਜ਼ਮਾਨੇ ਬਾਅਦ ਤੱਕ ਕੋਈ ਗੁਸਤਾਖੀ ਹੋਈ ਟੱਪੜ ਦੀ ਤੇ ਮਾਫ਼ੀ ਦਿੱਤੀ ਅਨਪੜ੍ਹ ਦੇ ਲੋਕਾਂ ਸਰਕਾਰ ਦੇ ਸੁਹਾਵ ਨਾਲ ਇੱਕ ਸਰਕਾਰ ਦਾ ਵਿੱਚ ਹੋਰ ਸੁਹਾਵੀ ਸੀ ਉਹਦਾ ਸਾਡੇ ਨਾਂ ਦੇਣ ਵਿੱਚ ਨਹੀਂ ਆ ਰਿਹਾ ਉਹ ਬਿਨਾਂ ਕੋਈ ਬੈਠਣ ਵਾਲਾ